ਹੌਂਦਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸਮਰੂਪ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਦੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅਸੀਂ ਅੱਜ ਦਾ ਜਿਹੜਾ ਟੌਪਿਕ ਸਾਡਾ ਇਲੈਕਟ੍ਰੀਸ਼ੀਅਨ ਐਮਸੀਕਿਊਜ਼ ਕੁਐਸਚਨ ਦੀ ਸੀਰੀਜ਼ ਚਲਾਈਏ। ਉਹ ਰੀਡ ਕਰਾਂਗੇ। ਸੋ ਦੇਖਦੇ ਹਾਂ ਅੱਜ ਦਾ ਪਹਿਲਾ ਕੁਐਸਚਨ। ਇਹ ਹੈ ਬਈ ਜਿਹੜੀ ਆਪਣੀ ਸੀਰੀਜ਼ ਹੈਗੀ 10000 ਦੇ ਪਲੱਸ ਆਪਣੇ MCQ ਜਿ ਲੈ ਕੇ ਜਾਣੇ ਨੇਗੇ ਓਕੇ ਇਹ ਸੀਰੀਜ਼ ਹੈਗੀ ਇਸ ਤੋਂ ਬਾਅਦ ਤੋਂ ਐਪ ਤੇ ਹੋਊਗੀ ਆਪਣੀ ਵੀਡੀਓ 410 ਦੇੰਦ ਵਿੱਚ ਤੁਸੀਂ ਇਹ ਕਿਹੜਾ MCQ ਜੀ ਸੀਰੀਜ਼ ਹੈ ਉਹ ਕਰੀ ਸਕਦੇ ਹੋਗੇ ਆਪਣਾ ਥਿਊਰੀ ਦਾ ਵੈਚ ਵੀ ਸਟਾਰਟ ਹੈਗਾ ਉਹ ਵੀ ਪਰਚੇਸ ਕਰ ਸਕਦੇ ਹੋ ਤੁਸੀਂ ਆਪਣੇ ਐਪ ਨੂੰ ਡਾਊਨਲੋਡ ਕਰਕੇ ਆਈਟੀ ਇਲੈਕਟ੍ਰੀਸ਼ੀਅਨ ਸੰਗਰੂਲ ਐਪ ਨੂੰ ਡਾਊਨਲੋਡ ਕਰਕੇ ਉੱਥੇ ਵਿਜ਼ਿਟ ਕਰਕੇ ਇੱਕ ਵਾਰ ਚੈੱਕ ਕਰ ਸਕਦੇ ਹੋਗੇ ਡੈਮੋ ਕਲਾਸ ਵੀ ਮਿਲਣੀਆਂ ਤੁਹਾਨੂੰ ਉੱਪਰ ਦੋ ਡੈਮੋ ਕਲਾਸ ਦਿੱਤੀ ਹੋਈ ਹੈ ਨੇ ਉਹ ਲਗਾ ਸਕਦੇ ਹੋਗੇ ਤੇ ਜੇ ਵਧੀਆ ਲੱਗਦਾ ਤਾਂ ਐਪਲੀਕੇਸ਼ਨ ਪਰਚੇਸ ਕਰ ਸਕਦੇ ਹੋਗੇ ਲੋ ਪ੍ਰਾਈਸ ਹੈਗਾ ਬਿਲਕੁਲ ਕਟ ਪ੍ਰਾਈਸ ਹੈ ਠੀਕ ਹੈ ਨਾ ਇੱਕ ਸਾਲ ਦੀ ਵੈਲਿਡਿਟੀ ਇਹਦੇ ਵਿੱਚ ਵੀ 499 ਦੇ ਵਿੱਚ ਕੀ ਹੋਗਾ ਇੱਕ ਸਾਲ ਦੀ ਵੈਲਿਡਿਟੀ ਰਹੂਗੀ ਠੀਕ ਹੈ ਇੱਕ ਵਾਰ ਵੀਡੀਓ ਡਾਊਨਲੋਡ ਕਰਮਗੇ ਤਾਂ ਸਾਲ ਭਰ ਉਹ ਵੀਡੀਓ ਤੁਹਾਡੇ ਫੋਨ ਦੇ ਵਿੱਚ ਅਵੇਲੇਬਲ ਰਹੂਗੀ ਓਕੇ ਜੇ ਕਿਸੇ ਬੱਚੇ ਨੇ ਜੇ ਕਿਸੇ ਬੱਚੇ ਨੇ ਭਈ ਆਪਣੇ WhatsApp ਗਰੁੱਪ ਦੇ ਨਾਲ ਜੁੜਨਾ ਹੈ ਤਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਨਾ نیچے ਡਿਸਕ੍ਰਿਪਸ਼ਨ ਹੁੰਦਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ نیچے ਜਾਓਗੇ ਤਾਂ ਉੱਥੇ ਮੈਂ WhatsApp ਗਰੁੱਪ ਦਾ ਨਾ ਲਿੰਕ ਦਿੱਤਾ ਹੁਆ ਤੁਸੀਂ ਉਹ ਲਿੰਕ ਤੁਸੀਂ ਦਾ WhatsApp ਗਰੁੱਪ ਦੇ ਵਿੱਚ ਵੀ ਜੁੜ ਸਕਦੇ ਹੋ ਕਿ ਉੱਥੇ ਨਵੇਂ-ਨਵੇਂ ਅਪਡੇਟ ਆਉਂਦੇ ਰਹਿੰਦੇ ਨੇ ਕੁਇਜ਼ਰ ਨੂੰ ਸਰਦੇ ਵਿੱਚ ਆਉਂਦੇ ਰਹਿੰਦੇ ਨੇ ਸਾਰਾ ਕੁਝ ਠੀਕ ਹੈ ਵੀਡੀਓ ਵੀ ਦੇ ਚੁ ਆਪਣੀ ਪੈਂਦੀਆਂ ਨੇ ਕਿ ਜੋ ਬਣਦੀਆਂ ਨੇ ਤੇ ਗਰੁੱਪ ਦੇ ਵਿੱਚ ਤੁਸੀਂ ਉਹਦੇ ਵਿੱਚ ਐਡ ਹੋ ਸਕਦੇ ਹੋ ਬਈ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ WhatsApp ਗਰੁੱਪ ਦਾ ਠੀਕ ਹੈ ਉਹ ਜੁੜ ਐਡ ਹੋ ਸਕਦੇ ਜੀ ਐਡ ਹੋਣੇ ਤਾਂ ਤੇ ਜੇ ਕਿਸੇ ਬੱਚੇ ਨੇ ਕੋਈ ਪੁੱਛਣਾ ਬਈ ਕੋਈ कॉल करनी है ना पुछना तो कॉल कर सदै चवे छे सौ चौंती पैहठ अठ सौ चिताली नंबर कॉल करके पूछ सकता है ठीक है जी चलो पहला क्वेश्चन पहला क्वेश्चन की कहना क्या दुर्घटना डैश है दुर्घटना की है योजना विहीन घटना है कि अनियंत्रित घटना है कि अण इच्छक घटना है कि उपरोक्त सारे तो राइट ऑप्शन की होे को डी ऑप्शन राइट हो उपरोक्त सारे

ਇਕ ਤਰ੍ਹਾਂ ਦੇ ਅੰਤਰਤ ਹੁੰਦਾ ਹੈ ਅੰਤਰਤ ਦਾ ਮਤਲਬ ਕੰਟਰੋਲ ਹੋਈ ਹੋਈ ਚੀਜ਼ ਹੈ ਨਾ ਜਦੋਂ ਕੋਈ ਮੋਟਰਸਾਈਕਲ ਗੱਡੀ ਕੋਈ ਕੰਟਰੋਲ ਨਾ ਹੋਵੇ ਇਹ ਅਨਿਯੰਤਰਤ ਹੋ ਜੇ ਤਾਂ ਉਹ ਕੀ ਹੁੰਦਾ ਸਾਡੇ ਕੋਲ ਦੁਰਘਟਨਾ ਦਾ ਕਾਰਨ ਹੈ ਅਣਇੱਛਕ ਬਿਨਾਂ ਇੱਛਾ ਤੋਂ ਕੰਮ ਕਰਨਾ ਕਿਸੇ ਨੂੰ ਚੀਜ਼ ਨੂੰ ਠੀਕ ਹੈ ਕੋਈ ਉਸ ਨੂੰ ਟੱਕੇ ਦੇ ਨਾਲ ਕੋਈ ਚੀਜ਼ ਕਰਵਾ ਰਿਹਾ ਕੰਮ ਕਰਵਾ ਰਹਿਣ ਕੋਈ ਹੁਣ ਬੱਚੇ ਨੇ ਹੈ ਨਾ ਅਗਲਾ ਕਹਿੰਦਾ ਮੈਂ ਨਹੀਂ ਸਕਦਾ ਮੋਟਰਸਾਈਕਲ ਜਾਂ ਗੱਡੀ ਨਹੀਂ ਸਕਦਾ ਨਾ ਉਸ ਨੂੰ ਉਸ ਦੀ ਇੱਛਾ ਤੋਂ ਬਿਨਾਂ ਅਣਇੱਛਕ ਘਟਨਾ ਠੀਕ ਹੈ ਬਿਨੈ ਛਾਦੋ ਕੋਈ ਕੰਮ ਕਰਵਾ ਰਹੇ ਉਹਦੋਂ ਕੋਈ ਘਟਨਾ ਹੁੰਦੀ ਹੈ ਤਾਂ ਉਹ ਕਿਹਨੇ ਅਨਿચ્છਕ ਘਟਨਾ ਮੰਨੀ ਹੈ ਠੀਕ ਹੈ ਇਹਦੇ ਵਿੱਚ ਕੀ ਹੋ ਜੂਗਾ ਰਾਈਟ ਆਪਸ਼ਨ ਸਾਰੇ ਆ ਜਾਣਗੇ ਓਕੇ ਨੈਕਸਟ ਉਹ ਦੂਸਰਾ ਨੰਬਰ ਜ਼ਮੀਨ ਤੇ ਕਹਿੰਦਾ ਭਾਰੀ ਪਾਰ ਖਿੱਚਣ ਦੇ ਲਈ ਕਹਿੰਦਾ ਕਿਸ ਪ੍ਰਕਾਰ ਦੀ ਲਿਫਟ ਯੁਕਤੀ ਦਾ ਇਸਤੇਮਾਲ ਕੀਤਾ ਇਹਨਾਂਗਾ ਕ੍ਰੇਨਸ ਸਿਲਿਊਲ ਦੇ ਕਿਤੇ ਜਾਂਦਾ ਕਿ ਵਿਨ ਬੇਜ ਦਾ ਕਿਤੇ ਜਾਂਦਾ ਕਿ ਮਸ਼ੀਨ ਮੂਵਿੰਗ ਪਲੇਟਫਾਰਮ ਦਾ ਕਿਤੇ ਜਾਂਦਾ ਕਿ ਲੇਜ਼ਰ ਤੇ ਰੂਲਸ ਰੋਲਰਸ ਦਾ ਕਿਤੇ ਜਾਂਦਾ ਤਾਂ ਕਿ ਦਾ ਕੀਤਾ ਜਾਂਦਾ ਬਈ ਜ਼ਮੀਨ ਤੇ ਭਾਰੀ ਭਾਰ ਨੂੰ ਖਿੱਚਣ ਦੇ ਲਈ ਵਿਨ ਬੇਜ ਦਾ ਠੀਕ ਹੈ ਇੰਗਲਿਸ਼ ਦੇ ਵਿੱਚ ਵੀ ਇੰਝ ਪੈਂਦਾ ਹੈ ਡਬਲ ਨਾਲ ਪੈਂਦਾ ਹੈ ਨਾ ਸੌਰੀ ਡਬਲ ਕੋ ਨਾਲ ਬੀ ਨਾਲ ਬੀ ਬੈਨ ਵਾਲੀ ਨਾਲ ਪੈਂਦਾ ਵਿਨ ਬੇਜ ਠੀਕ ਹੈ ਬਈ ਵੀ ਆਈ ਐਨ ਵਿਨ ਵੀ ਏ ਜੀ ਇ ਬੇਜ ਠੀਕ ਹੈ ਇੰਗਲਿਸ਼ ਦੇ ਵਿੱਚ ਹੀ ਪੈਂਦਾ ਹੈਗਾ ਆਈਟੀਐਸ 2014 ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਿੱਚ ਪੁੱਛਿਆ ਗਿਆ ਸਵਾਲ ਹੈਗਾ ਠੀਕ ਹੈ ਜੀ ਆਈਟੀ ਵਾਲੇ ਬੱਚੇ ਵੀ ਵੀ ਇਹਨੂੰ ਲੈ ਸਕਦੇ ਨੇ ਠੀਕ ਹੈ ਆਈਟੀ ਵਾਲੇ ਬੱਚੇ ਵੀ ਇਹਨੂੰ ਲੈ ਸਕਦੇ ਨੇ 499 ਦਾ ਕੋਰਸ ਸਿਰਫ ਕੋਈ ਬਾਲਾ ਮਹਿਗਾ ਨਹੀਂ 10000 ਦੇ ਵਿੱਚ ਤੁਹਾਡੇ ਕੁਐਸਚਨ ਆਨਸਰ ਨੇ ਉਹ ਹੋ ਜਾਣਗੇ ਠੀਕ ਹੈ ਦੋਨੇ ਸਾਲਾਂ ਦੇ ਕੁਐਸਚਨ ਆਨਸਰ ਆ ਜਾਣਗੇ ਤੁਹਾਡੇ ਜੇ ਤੁਸੀਂ ਲੈ ਸਕਦੇ ਹੋ ਠੀਕ ਹੈ ਤੁਹਾਡੇ ਲਈ ਤਾਂ ਬਹੁਤ ਬੈਨੀਫਿਟ ਰਹੂਗਾ ਜਿਹੜਾ ਆਈਟੀ ਇਲੈਕਟ੍ਰੀਸ਼ੀਅਨ ਦੀ ਕਰ ਰਹੇ ਨੇ ਠੀਕ ਹੈ ਆਪਦਾ ਵਧੀਆ ਨੰਬਰ ਸਕੋਰ ਕਰ ਸਕਦੇ ਹੋ ਤੁਸੀਂ ਇਹ ਲੈ ਕੇ ਕੋਰਸ ਆਪਣਾ IT ਇਲੈਕਟ੍ਰੀਸ਼ੀਨ ਤੇ ਵਾਇਰ ਮੈਂ ਦੀ ਜਿਹੜੇ ਕਰ ਰਹੀ ਨੇ ਵਿੱਚ ਠੀਕ ਹੈ ਫਸਟ ইয়ার ਚ ਨੇ ਸੈਕੰਡ ইয়ার ਚ ਕੋਈ ਵੀ ਲੈ ਸਕਦੇ ਨੇ ਠੀਕ ਹੈ ਬਹੁਤ ਬੈਨੀਫੀਟਰ ਹੋਊਗਾ ਤੁਹਾਡੇ ਵਾਸਤੇ ਡਬਲ ਡਬਲ ਤੁਹਾਡੀ ਤਿਆਰੀ ਹੋ ਜਾਊਗੀ ਅੱਗੇ ਜਿਹੜਾ ਪ੍ਰਿੰਟਸ ਆਉਗੀਆਂ ਲੈਨ ਮੈਂ ਦੀ ਉਹਦੇ ਵਾਸਤੇ ਅੱਗੇ ਤਿਆਰੀ ਹੋਈ ਚੱਲੂਗੀ ਠੀਕ ਹੈ ਬਾਕੀ ਲੈਣਾ ਤੁਹਾਡੀ ਮਰ ਜੇਗੀ ਉਸ ਤੋਂ ਬਾਅਦ ਤੀਸਰਾ ਕਹਿੰਦਾ ਜਿੰਦਾ ਵਾਇਰ ਤੇ ਸੰਪਰਕ ਵਿੱਚ ਆਏ ਵਿਅਕਤੀ ਨੂੰ ਪਹੁੰਚਾਉਣ ਦੇ ਲਈ ਕਹਿੰਦਾ ਪਹਿਲਾ ਕਦਮ ਤੁਹਾਡਾ ਕੀ ਹੋਊਗਾ ਜਿੰਦਾ ਬਾਇਰ ਦਾ ਮਤਲਬ ਲਾਈਵ ਬਾਇਰ ਲਾਈਵ ਬਾਇਰ ਦਾ ਮਤਲਬ ਜਿੱਥੇ ਵਿੱਚ ਦੀ ਕਰੰਟ ਚੱਲ ਰਿਹਾ ਹੈ ਲਾਈਵ ਓਕੇ ਕੀ ਕਰਾਂਗੇ ਡਾਕਟਰ ਨੂੰ ਜਲਦੀ ਬੁਲਾਵਾਂਗੇ ਜਾਂ ਉਸ ਦਾ ਹੱਥ ਫੜ ਕੇ ਜਿੰਦਾ ਬਾਇਰ ਤੋਂ ਨੂੰ ਦੂਰ ਖਿੱਚਾਂਗੇ ਜਾਂ ਜਿੰਦਾ ਬਾਇਰ ਤੋਂ ਉਸ ਨੂੰ ਲੱਗ ਕਰਾਂਗੇ ਜਾਂ ਉਸ ਨੂੰ ਹਸਪਤਾਲ ਭੇਜਾਂਗੇ ਕੀ ਕਰਾਂਗੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਕਦਮ ਕੀ ਹੋਊਗਾ ਡਾਕਟਰ ਨੂੰ ਮੈਂ ਜਲਦੀ ਬੁਲਾਵਾਂਗੇ ਕੋਸ ਨੂੰ ਹੱਥ ਪਕੜ ਕੇ ਜਿੰਦਾ ਵਾਇਰ ਤੂੰ ਉਸ ਨੂੰ ਦੂਰ ਕਿੱਟਾਂਗੇ ਕਿ ਜਿੰਦਾ ਵਾਇਰ ਤੂੰ ਉਸ ਨੂੰ ਅਲੱਗ ਕਰਾਂਗੇ ਕੋਸ ਨੂੰ ਹੱਥ ਤਾਣੋ ਜਿੰ ਤਦ ਰਾਈਟ ਆਪਸ਼ਨ ਕਿਉਂ ਹੋ ਜਾਪਨ ਕੋਈ ਸੀ ਰਾਈਟ ਆਪਸ਼ਨ ਹੋ ਜਾਊਗਾ ਜਿੰਦਾ ਵਾਇਰ ਤੋਂ ਲਾਈਵ ਵਾਇਰ ਤੋਂ ਕੀ ਕਰਾਂਗੇ ਉਸ ਨੂੰ ਅਲੱਗ ਕਰਾਂਗੇ ਬਈ ਜਿੰਦਾ ਵਾਇਰ ਤੋਂ ਕੀ ਕਰਾਂਗੇ ਲਾਈਵ ਵਾਇਰ ਤੋਂ ਕੀ ਕਰਾਂਗੇ ਉਸ ਨੂੰ ਅਲੱਗ ਕਰਾਂਗੇ ਠੀਕ ਹੈ ਆਈਟੀ ਇਲੈਕਟ ਆਈਟੀ ਫਰਬਰੀ 2014 ਵਿੱਚ ਬੈਰਮੈਨ ਦੇ ਵਿੱਚ ਪੁੱਛੇਗਾ ਕੁਐਸਚਨ ਠੀਕ ਹੈ ਜੀ ਡਾਕਟਰ ਨੂੰ ਜਦੋਂ ਤੱਕ ਡਾਕਟਰ ਨੂੰ ਬੁਲਾਵਾਂਗੇ ਤਾ ਉਦੋਂ ਤੱਕ ਤਾਂ ਮਰ ਜਾਊਗਾ ਨਾ ਹੱਥ ਫੜ ਕੇ ਵੀ ਨਹੀਂ ਅਸੀਂ ਕਰ ਸਕਦੇ ਕਿਉਂਕਿ ਸੰਪਰਕ ਦੇ ਵਿਚਾਰੇ ਠੀਕ ਹੈ கரੰਟ ਲੱਗ ਰਿਹਾ ਹੋਇਆ ਵਿਅਕਤੀ ਠੀਕ ਹੈ ਤਾਂ ਕੀ ਕਰਾਂਗੇ ਉਸ ਨੂੰ ਜ਼ਿੰਦਾ ਬਾਇਰ ਤੁਸੀਂ ਕੱਲਾ ਅਲੱਗ ਕਰਾਂਗੇ ਓਕੇ ਅਲੱਗ ਕਿਵੇਂ ਕਰ ਸਕਦੇ ਹੋ ਸੁੱਕੀ ਲੱਕੜ ਦੇ ਨਾਲ ਸੁੱਕੇ ਕੱਪੜੇ ਦੇ ਨਾਲ ਓਕੇ ਜੀ ਨੈਕਸਟ ਕੁਸਚਨ ਜੋਥਾ ਕਹਿੰਦਾ ਬਹੁਤ ਜ਼ਿਆਦਾ ਖੂਨ ਵਹਿਣ ਦੀ ਸਥਿਤੀ ਦੇ ਵਿੱਚ ਸਭ ਤੋਂ ਪਹਿਲਾਂ ਕਾਰਜ ਕੀ ਹੋਣਾ ਚਾਹੀਦਾ ਹੈ ਆਈਟੀ ਫਰਬੀ 2015 ਇਲੈਕਟ੍ਰੀਸ਼ੀਅਨ ਦੇ ਵਿੱਚ ਬਾਈ ਪੁੱਛਿਆ ਗਿਆ ਸਵਾਲ ਓਕੇ ਬਹੁਤ ਜ਼ਿਆਦਾ ਖੂਨ ਵਹਿਣ ਦੀ ਸਥਿਤੀ ਦੇ ਵਿੱਚ ਸਭ ਤੋਂ ਪਹਿਲਾਂ ਕਾਰਜ ਕੀ ਕਰਾਂਗੇ ਜ਼ਖਮ ਤੇ ਦਬਾਅ ਲਗਾਓ ਜਖਮੀ ਨਾਲ ਕਹਿੰਦਾ ਸਿੱਧਾ ਸੰਪਰਕ ਕਰੋ ਜਖਮੀ ਜਖਮ ਨੂੰ ਸ਼ਕਤੀ ਨਾਲ ਕਹਿੰਦਾ ਸਾਫ ਪੈਡ ਤੇ ਬੈਂਡਟ ਲਗਾਓ ਜਖਮ ਤੇ ਡਰੈਸਿੰਗ ਕਰੋ ਤਾਂ ਇਹਦੇ ਵਿੱਚ ਕੀ ਹੋਊਗਾ ਸਾਡੇ ਕੋਲ ਸਾਰੰਦੋ ਪਹਿਲਾ ਆਪਸ਼ਨ ਆਪ ਫੜ ਕੇ ਯਾਰ ਪਿੱਛੇ ਜਖਮ ਤੇ ਕਹਿੰਦਾ ਦਬਾਓ ਲਓ ਠੀਕ ਹੈ ਜਖਮ ਨੂੰ ਦਬਾਓ ਜਖਮ ਤੇ ਦਬਾਓ ਬਣਾਓ ਜਿਉਂ-ਜਿਉਂ ਪ੍ਰੈਸ਼ਰ ਘਟੇ ਜਾਊਗਾ ਉਸ ਤੋਂ ਬਾਅਦ ਉਹ ਸਾਫ ਪੈਡ ਜਾਂ ਬੈਂਡਟ ਲਗਾ ਦਾਂਗੇ ਜਾਂ ਡਰੈਸਿੰਗ ਕਰ ਦਾਂਗੇ ਓਕੇ 5ਵਾਂ ਨੰਬਰ ਛਾਤੀ ਜਾਂ ਪੇਟ ਵਿੱਚ ਜਖਮ ਚੱਲਣ ਦੁਆਰਾ ਹੋਸ਼ ਵਿੱਚ ਲਿਆਉਣ ਦੇ ਲਈ ਕਿਹੜੀ ਬਰੌਟੀ ਸਾਹ ਦੀ ਵਿਧੀ ਦਾ ਪ੍ਰਯੋਗ ਕੀਤੀ ਜਾਂਦੀ ਹੈ ਉਹਦਾ ਨਾਮ ਦੱਸੋ ਹੈਲਗਨਨ ਐਲਸਨ ਵਿਧੀ ਕਿ ਸ਼ੇਪ ਪ੍ਰਵਿਧੀ ਕਿ ਮੂੰਹ ਤੋਂ ਮੂੰਹ ਵਿਧੀ ਕਿ ਕਾਰਡੀਅਕ ਦੇ ਰੁਕਣ ਦੇ ਹਾਰਸ਼ ਹੋਸ਼ ਵਿੱਚ ਲਿਆਉਣਾ ਤਾਂ ਕਿੱਥੇ ਹੋ ਰਹੇ ਨੇ ਬਈ ਛਾਤੀ ਜਾਂ ਪੇਟ ਦੇ ਵਿੱਚ ਜਖਮ ਜਲਣ ਹੋ ਰਹੇ ਨੇ ਛਾਤੀ ਦੇ ਵਿੱਚ ਠੀਕ ਹੈ ਤਾਂ ਉਹਨੂੰ ਕੀ ਕਰਾਂਗੇ ਆਪਾਂ ਸਿੱਧਾ ਲਟਾਵਾਂਗੇ ਹੈਨਾ ਕੀ ਕਰਾਂਗੇ ਸਿੱਧਾ ਲਟਾਵਾਂਗੇ ਤਾਂ ਕਿਹੜੀ ਵਿਧੀ ਦਾ ਪ੍ਰਯੋਗ ਕਰਾਂਗੇ ਜੀ ਅਸੀਂ ਹੈਲਗਨ ਨੈਲਸਨ ਵਿਧੀ ਦਾ ਪ੍ਰਯੋਗ ਕਰਾਂਗੇ ਠੀਕ ਹੈ ਹੈਲਗਨ ਨੈਲਸਨ ਵਿਧੀ ਜੇ ਲੈ ਨੈਲਸਨ ਵਿਧੀ ਆ ਜੇ ਨਾ ਆਪਸ਼ਨ ਦੇ ਵਿੱਚ ਤਾਂ ਨੈਲਸਨ ਵਿਧੀ ਨੂੰ ਪਹਿਲਾਂ ਟਿਕ ਕਰਨਾ ਠੀਕ ਹੈ ਉਸ ਤੋਂ ਬਾਅਦ ਸੈਫਰ ਤੇ ਸਲਵੇਸਟਰ ਦੀ ਜਾਂਚ ਪਛਾਣ ਕਰਨੀ ਉਸ ਤੋਂ ਬਾਅਦ ਸੈਲਫਰ ਸੈਫਰ ਤੇ ਸਲਵੇਸਟਰ ਵਿਧੀ ਦਾ ਦੇਖਣਾ ਵੀ ਕਿਹੜਾ ਆਊਗਾ ਸਭ ਤੋਂ ਪਹਿਲਾਂ ਜੇ ਨੈਲਸਨ ਵਿਧੀ ਆ ਜੇ ਨਾ ਆਪਸ਼ਨ ਦੇ ਵਿੱਚ ਤਾਂ ਨੈਲਸਨ ਵਿਧੀ ਨੂੰ ਹੀ ਟਿਕ ਕਰਨਾ ਠੀਕ ਹੈ ਬਈ ਨੈਲਸਨ ਵਿਧੀ ਕੀ ਹੈਗੀ ਸਭ ਤੋਂ ਬੈਸਟ ओके okay. फिर उस ਤੋਂ ਬਾਅਦ ਤੋਂ ਮੂੰਹ ਤੋਂ ਮੂਵੀ ਦੀ ਕਿਹਾ ਕਿ ਸਾਰੇ ਤੋਂ ਬੈਸਟ ਹੋਣੀ ਠੀਕ ਹੈ ਭਾਈ ਇਹ ਧਿਆਨ ਰੱਖੋ ਥੋੜਾ ਜਿਹਾ ਚਲੋ ਨੈਕਸਟ ਇਹ ਵੀ ਆਈਟੀਵੀ ਪੁੱਛੇਗਾ ਵੀ ਬਾਹਰ ਮੈਂ ਦੀ ਵਿੱਚ ਪੁੱਛੇਗਾ ਠੀਕ ਕੁਚਨ ਨੈਕਸਟ ਕੁਚਨ 6 ਮਾ ਜੀ ਇਹਨਾਂ ਵਿੱਚੋਂ ਕਹਿੰਦਾ ਕਿਹੜਾ ਉਪਾ ਅੱਗ ਦੀ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈ ਅੱਗ ਦੀ ਸਿਰਕੇ ਦੇ ਨਾਲ ਕਹਿੰਦਾ ਕਿਹੜਾ ਸੰਬੰਧਿਤ ਨਹੀਂ ਹੈ ਬੀੜੀ ਸਿਗਰਟ ਮਨਾ ਹੁਣ ਲਾਰਹਿਤ ਬਿਜਲੀ ਉਪਕਰਨਾਂ ਦਾ ਪ੍ਰਯੋਗ ਕਰਨਾ ਜਾਂ ਹਾਨੀਕਾਰਕ ਤਾਰਾਂ ਦਾ ਪ੍ਰਯੋਗ ਕਰਨਾ ਤਾਂ ਇਹਦੇ ਵਿੱਚੋਂ ਕੀ ਰਾਈਟ ਆਪਸ਼ਨ ਹੋਊਗਾ ਜੀ ਸਾਡੇ ਕੋਲੇ ਕਿਹੜਾ ਉਪਾਅ ਹੈ ਕਹਿੰਦਾ ਅੱਗ ਦੀ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈ ਠੀਕ ਹੈ ਜੀ ਅੰਗ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਨਹੀਂ ਰੱਖਦਾ ਕਿਹੜਾ ਉਪਾਅ ਆਏਗਾ ਬੀਡੀ ਸਿਗਰਟ ਦਾ ਮਨ੍ਹਾ ਹੋਣਾ ਜੇ ਬੀਡੀ ਸਿਗਰਟ ਦਾ ਮਨ੍ਹਾ ਹੋਊਗਾ ਤਾਂ ਅੱਗ ਕੀ ਹੋਊਗਾ ਅੱਗ ਦੀ ਸੁਰੱਖਿਆ ਹੋਊਗੀ ਹੈਨਾ ਲਾਰਹਿਤ ਬਿਜਲੀ ਉਪਕਰਨਾਂ ਦਾ ਪ੍ਰਯੋਗ ਕਰਨਾ ਤਾਂ ਵੀ ਕਿਉਂਕਿ ਸਾਡੇ ਕੋਲੇ ਅੱਗ ਦੀ ਸੁਰੱਖਿਆ ਹੋਊਗੀ ਜਿਹਨ ਹਾਨੀਕਾਰਕ ਤਾਰਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਕਹਿੰਦਾ ਹਾਨੀਕਾਰਕ ਤਾਰਾਂ ਦਾ ਕੀ ਕਰਨਾ ਚਾਹੀਦਾ ਹੈ ਪ੍ਰਯੋਗ ਕਰਨਾ ਚਾਹੀਦਾ ਹੈ ਜਿਹਨ ਹਾਨੀਕਾਰਕ ਤਾਰਾਂ ਦਾ ਪ੍ਰਯੋਗ ਕਰਾਂਗੇ ਤਾਂ ਅੱਗ ਦੀ ਸੁਰੱਖਿਆ ਨਾ ਥੋੜੀ ਹੋਊਗੀ ਹੈਨਾ ਅੱਗ ਦੀ ਸੁਰੱਖਿਆ ਤਾਂ ਨਹੀਂ ਹੋਊਗੀ ਜੇ ਲਾਹਰੇ ਤੇ ਬਿਜਲੀ ਉਪਕਰਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਕਹਿੰਦਾ ਜੇ ਲਾਹਰੇ ਤੇ ਬਿਜਲੀ ਉਪਕਰਨਾਂ ਦਾ ਪ੍ਰਯੋਗ ਕਰਾਂਗੇ ਤਾਂ ਵੀ ਕੀ ਸੁਰੱਖਿਆ ਨਹੀਂ ਹੋਊਗੀ ਅੱਗ ਦੀ ਹੈਨਾ ਅੱਗ ਦੀ ਕਿਉਂਕਿ ਸੁਰੱਖਿਆ ਨਹੀਂ ਹੋਊਗੀ इन्हें कि पा अग की सुरक्षा संबंधित नहीं है नहीं है पूछे तो नहीं है तो ऑप्शन अपने को आजगा ए ऑप्शन राइट हो जाएगा जी बी सिगरेट मना होना चाहिए ठीक है तो ही वो अग की सुरक्षा संबंधित होगा हो नहीं है ठीक है तो यहट ऑप्शन क्यों कोई ठीक है याद रखियो नैक्सट ऑप्शन सत्तम ਵਿਵਸਾਇਕਤ ਖਤਰੇ ਹੇਠ ਲਿਖੇ ਨਤੀਜਿਆਂ ਦੇ ਕਾਰਨ ਹਨ ਜਿਹੜੇ ਵਿਵਸਾਇਕ ਖਤਰੇ ਹੁੰਦੇ ਨੇ ਠੀਕ ਹੈ ਕਾਰਜ ਦੀ ਅਵਿਫਸਤਾ ਸਥਿਤੀ ਦੇ ਕਾਰਨ ਹੁੰਦੇ ਨੇ ਕਿ ਬਿਮਾਰੀਆਂ ਦਾ ਵਾਧਾ ਜੋਖਮ ਦੇ ਕਾਰਨ ਹੈ ਕਿ ਕਾਰਖਾਨਿਆਂ ਵਿੱਚ ਦੁਰਘਟਨਾ ਦਾ ਜੋਖਮ ਹੁੰਦੇ ਨੇਗੇ ਤਾਂ ਉਪਰੋਕਤ ਸਾਰੇ ਦਾ ਕੀ ਆਜੂਗਾ ਅਨਸਰ ਆਜੂਗਾ ਉਪਰੋਕਤ ਸਾਰਿਆਂ ਦੇ ਕਾਰਨ ਕੀ ਹੁੰਦੇ ਨੇਗੇ ਵਿਵਸਾਇਕ ਗਤ ਖਤਰੇ ਬਣਦੇ ਨੇ ਨਤੀਜਿਆਂ ਦਾ ਕਾਰਨ ਹੁੰਦੇ ਨੇਗੇ ਠੀਕ ਹੈ ਜੀ ਚਲੋ ਨੈਕਸਟ ਅੱਠਵਾਂ ਕਹਿੰਦਾ ਕਿਹੜਾ ਆਕਲਨ ਕਿਸੇ ਹਾਨੀ ਜਾਂ ਨੁਕਸਾਨ ਦੇ ਸੰਭਾਵਿਤ ਪਰਿਨਾਮਾਂ ਦੇ ਅਧਾਰਤ ਕਰਨ ਵਿੱਚ ਮਦਦ ਕਰਦਾ ਹੈ ਕਹਿੰਦਾ ਮੌਤ ਦਾ ਆਕਲਨ ਕਿ ਜਰਮ ਦਾ ਆਕਲਨ ਕਿ ਜੋਖਮ ਆਕਲਨ ਕਿ ਇਹਨਾਂ ਵਿੱਚੋਂ ਕੋਈ ਨਹੀਂ ਕਹਿੰਦਾ ਕਿਹੜਾ ਆਕਲਨ ਹੈ ਕਿਸੇ ਹਾਨੀ ਜਾਂ ਨੁਕਸਾਨ ਦੇ ਸੰਭਾਵਿਤ ਪਰਿਨਾਮਾਂ ਨੂੰ ਨਿਰਧਾਰਤ ਕਰਨ ਵਿੱਚ ਮਦਦ ਕਰਦਾ ਹੈ ਤਾਂ ਇਹਦਾ ਰਾਈਟ ਆਪਸ਼ਨ ਕਿਹ ਹੋਊ ਜੀ ਜਰਮ ਦਾ ਆਕਲਨ

ਕਿਸ ਜਗ੍ਹਾ ਵਿੱਚ ਰੱਖਣ ਜੇ ਕਹਿੰਦਾ ਖੁੱਲੀ ਜਗ੍ਹਾ ਤੇ ਕਿ ਖੁੱਲੀ ਹਵਾ ਤੇ ਕਿ ਬੰਦ ਜਗ੍ਹਾ ਤੇ ਤਾਂ ਕਿ ਤੇ ਰੱਖਾਂਗੇ ਬਈ ਸੀ ਖੁੱਲੀ ਹਵਾ ਦੇ ਵਿੱਚ ਰੱਖਾਂਗੇ ਉਹਨੂੰ ਵੇਖਦੇ ਹਾਂ ਠੀਕ ਹੈ ਨੈਕਸਟ 10ਵਾਂ ਕਹਿੰਦਾ ਵਪਾਰਿਕ ਖਤਰੇ ਪੈਦਾ ਹੋ ਸਕਦੇ ਨੇ ਕਿ ਰਸਾਇਣਿਕ ਸੰਕਟ ਦੇ ਕਾਰਨ ਕਿ ਭੌਤਿਕ ਸੰਕਟ ਦੇ ਕਾਰਨ ਕਿ ਜੈਵਿਕ ਅਤੇ ਮਨੋਵਿਗਿਆਨਿਕ ਸੰਕਟ ਦੇ ਕਾਰਨ ਕਿ ਇਹ ਸਾਰੇ ਤਾਂ ਜਿਹੜੇ ਵਪਾਰਿਕ ਖਤਰੇ ਹੁੰਦੇ ਨੇ ਬਈ ਉਹ ਸਾਰਿਆਂ ਦੇ ਕਾਰਨ ਹੀ ਪੈਦਾ ਹੁੰਦੇ ਨੇ ਠੀਕ ਹੈ ਤਾਂ ਇਹ ਡੀ ਆਪਸ਼ਨ ਇਹਦਾ ਰਾਈਟ ਹੋਊਗਾ ਰਸਾਇਣਿਕ ਸੰਕਟ ਅਤੇ ਭੌਤਿਕ ਸੰਕਟ ਤੇ ਜੈਵਿਕ ਤੇ ਮਨੋਵਿਗਿਆਨਿਕ ਸੰਕਟ ਦੇ ਕਾਰਨ ਠੀਕ ਹੈ नेक्स्ट ਚਲੋ 11ਵਾਂ ਰਸਾਇਣਿਕ ਸੰਕਟ ਦੇ ਕਹਿੰਦਾ ਇਹ ਠਾ ਲਿਖਿਆ ਵਿੱਚੋਂ ਕਿਹੜੇ ਕਾਰਕ ਹਨ ਗੈਸ ਨੇ ਧਰਵ ਨੇ ਕਿ ਤੂੜਕਣ ਨੇ ਕਿ ਇਹ ਸਾਰੇ ਨੇ ਤਾਂ ਇਹਦਾ ਰਾਈਟ ਆਪਸ਼ਨ ਕੀ ਹੋਊ ਜੀ ਡੀ ਹੋਊਗਾ ਜਿਹੜੇ ਰਸਾਇਣਿਕ ਸੰਕਟ ਦੇ ਕਿਡੇ ਕਿਡੇ ਕਾਰਨ ਕਿਹੜੇ ਕਾਰਨਾਂ ਕਰਕੇ ਰਸਾਇਣਿਕ ਸੰਕਟ ਪੈਦਾ ਹੁੰਦਾ ਹੈਗਾ ਗੈਸਾਂ ਦੇ ਵਿੱਚ ਵੀ ਠੀਕ ਹੈ ਗੈਸਾਂ ਦੇ ਵਿੱਚ ਕੀ ਹੁੰਦਾ ਤੂੜ ਹੁੰਦੇ ਨੇ ਨਾ ਗੈਸਾਂ ਵੀ ਉੱਪਰ ਉੜਦੀਆਂ ਨੇ ਤੂੜ ਕਣ ਵੀ ਉੱਪਰ ਉੱਡਦੇ ਨੇ ਦਰਬ ਕੀ ਹੁੰਦਾਗਾ ਉਹ ਵੀ ਤਰਲ ਹੁੰਦਾ ਨਾ ਉਹ ਵੀ ਗੈਸਾਂ ਦੇ ਰੂਪ ਵਿੱਚ ਉੱਪਰ ਉੜਦਾ ਹੈ ਨਾ ਇਹਦਾ ਲਾ ਲਓ ਤੁਸੀਂ ਉੱਪਰ ਉੜਦਾ ਠੀਕ ਹੈ ਗੈਸਾਂ ਦੇ ਵਿੱਚ ਤਾਂ ਗੈਸਾਂ ਵੀ ਆ ਗਈਆਂ ਰਸਾਇਣਿਕਾਂ ਦੇ ਵਿੱਚ ਤੂੜ ਕਣ ਵੀ ਆ ਗਏ ਦਰਬ ਵੀ ਆ ਗਿਆ ਠੀਕ ਹੈ ਭਾਈ ਤਿੰਨੇ ਚੀਜ਼ਾਂ ਆ ਗਈਆਂ ਇਹਦੇ ਵਿੱਚ ਯਾਦ ਰੱਖਿਓ ਰਸਾਇਣਿਕਾਂ ਦੇ ਵਿੱਚ ਤਿੰਨੇ ਚੀਜ਼ ਆ ਗਏ ਗੈਸ ਤੂੜ ਕਣ ਤੇ ਦਰਬ ਓਕੇ ਇਹ ਸਾਰੇ ਆਖੀ ਨੈਕਸਟ ਕਵਰਨ ਲਈ ਆਪਣੇ ਕੋਲ ਬਾਰਮ ਕਹਿੰਦਾ ਹੌਲੀ ਹੌਲੀ ਪੈਦਾ ਹੋਣ ਵਾਲੇ ਵਿਸਾਇਕ ਖਾਤਰਿਆਂ ਦੇੰਦੀ ਹੈ ਕਿ ਕਹਿੰਦਾ ਇਹ ਟੈਲੀਗਨ ਦੇ ਵਿੱਚੋਂ ਕਿਹੜੇ ਸ਼ਾਮਲ ਹਨ ਏ ਆਪਸ਼ਨ ਕਹਿੰਦਾ ਕਾਰਜ ਕਰਦੇ ਸਮੇਂ ਕਿਸੇ ਮਜ਼ਦੂਰ ਦਾ ਦੁਰਕਟਨਾ ਗ੍ਰਸਤ ਹੋ ਜਾਣਾ ਮਸ਼ੀਨਾਂ ਵਿੱਚ ਅਚਾਨਕ ਖਰਾਬੀ ਹੋ ਆ ਜਾਣ ਨਹੀਂ ਇਹ ਤਾਂ ਹੁੰਦਾ ਨਹੀਂ ਠੀਕ ਐਕਸਰੇ ਮਸ਼ੀਨ ਕਹਿੰਦਾ ਕਰਮਚਾਰੀ ਦਾ বিকिरण ਦੇ ਪ੍ਰਭਾਵ ਵਿੱਚ ਕਾਰਜ ਕਰਦੇ ਕੈਂਸਰ ਰੋਗ ਤੋਂ ਗ੍ਰਸਤ ਹੋ ਜਾਣਾ ਇਹ ਹੋ ਸਕਦਾ ਠੀਕ ਹੈ ਵੀ ਤਾਂ ਇਹ ਕੀ ਕਹਿੰਦਾ ਕਹਿੰਦਾ ਹੌਲੀ-ਹੌਲੀ ਪੈਦਾ ਹੋਣ ਵਾਲੇ ਵਿਵਸਾਇਕ ਖਤਰੇ ਜਿਹੜੇ ਹੌਲੀ-ਹੌਲੀ ਪੈਦਾ ਹੋਣ ਵਿਵਸਾਇਕ ਖਤਰੇ ਤਾਂ ਹੌਲੀ-ਹੌਲੀ ਕਿਹੜੇ ਪੈਦਾ ਹੁੰਦੇ ਨੇ ਜੀ ਜਿਹੜੇ ਐਕਸ-ਰੇ ਮਸ਼ੀਨ ਹੁੰਦੀ ਹੈਗੀ ਜਿਹੜਾ ਉਹਤੇ ਕਰਮਚਾਰੀ ਕੰਮ ਕਰ ਰਹੇ ਹੁੰਦੇ ਹੈਗਾ ਐਕਸ-ਰੇ ਮਸ਼ੀਨ ਦੇ ਵਿੱਚ ਜਿਹੜੀ ਰੇਡੀਏਸ਼ਨ ਨਿਕਲਦੀ ਹੈ ਬਿਕਰਨ ਨਿਕਲਦੀ ਹੈ ਉਹਦੇ ਪ੍ਰਭਾਵ ਦੇ ਕਾਰਨ ਕੀ ਹੁੰਦਾ ਹੈਗਾ ਕੈਂਸਰ ਦੇ ਰੋਗ ਤੋਂ ਗ੍ਰਸਤ ਹੋ ਜਾਣਾ ਠੀਕ ਹੈ ਉਹ ਵਿਵਸਾਇਕ ਖਤਰਿਆਂ ਦੇ ਅਧੀਨ ਆਉਂਦਾ ਹੈ ਠੀਕ ਹੈ ਜਾਦੇ ਗੱਲ ਓਕੇ ਕਮ ਚਲੋ ਨੈਕਸਟ ਕੁਐਸਚਨ ਠੀਕ ਹੈ ਐਕਸ ਰੇ ਮਸ਼ੀਨ ਦੇ ਵਿੱਚੋਂ ਜਿਹੜੀਆਂ ਵਿਕਰਨਾ ਨਿਕਲਦੀਆਂ ਨੇ ਰੇਡੀਏਸ਼ਨ ਨਿਕਲਦੀਆਂ ਨੇ ਉਹਨਾਂ ਦੇ ਪ੍ਰਭਾਵ ਦੇ ਕਾਰਨ ਕੀ ਹੋ ਜਾਂਦਾ ਹੈਗਾ ਕੈਂਸਰ ਦਾ ਰੋਗ ਹੋ ਜਾਂਦਾ ਹੁੰਦਾ ਹੈ ਗ੍ਰਸਤ ਹੋ ਜਾਂਦਾ ਹੈ ਵਿਅਕਤੀ ਠੀਕ ਹੈ ਉਹ ਹੌਲੀ ਹੌਲੀ ਪੈਦਾ ਹੋਣ ਵਾਲਾ ਵਪਾਰਿਕ ਖਤਰਾ ਹੁੰਦਾ ਹੈਗਾ ਓਕੇ ਵਪਾਰਿਕ ਨੂੰ ਕੀ ਕਹਿੰਦੇ ਨੇ ਅਸੀਂ ਓਕਿਪੇਸ਼ਨਲ ਕਹਿੰਦੇ ਨੇ ਜਿਹੜਾ ਆ ਲਿਖਿਆ ਨੇ ਇੰਗਲਿਸ਼ ਦੇ ਵਿੱਚ ਉਹ ਵਪਾਰਿਕ ਦਾ ਮਤਲਬ ਲੁਕੁੰਦਾ ਹੈਗਾ ਓਕਿਪੇਸ਼ਨਲ ਹੁੰਦਾ ਹੈ ओके okay. नैक्सट तेरव क्या व्यवसायिक स्वास्थ्य की है व्यवसायिक भिव, है ठीक है भाई यह व्यवसायिक क्या स्वास्थ्य की है एक कला है एक विज्ञान है कि निवारण चिकित्स है की ठीक है कि निवारण की हैगी चिकित्सा है तो यहट ऑप्शन की हो साढ़े को जी सातवीं ते का राइट ऑप्शन की होगा राइट ऑप्शन की हो जी सी राइट ऑप्शन होगा ठीक है निवारण चिकित्सा ਵਪਾਰਿਕ ਸਵਾਸਤ ਕੀ ਹੈਗਾ ਇੱਕ ਨਿਵਾਰਣ ਚਿਕਿਤਸਾ ਠੀਕ ਹੈ ਚਲੋ ਨੈਕਸਟ ਕੁਐਸਚਨ ਨੈਕਸਟ ਹੌਲੀ ਹੌਲੀ ਪੈਦਾ ਹੋਣ ਵਾਲੇ ਵਪਾਰਿਕ ਹਾਈ ਹੋ ਜਾਗਾ ਸੇਮ ਹੀ ਆ ਗਿਆ ਠੀਕ ਹੈ ਭਈ ਤਾਂ ਬੀ ਅਨਸਰ ਆ ਜਾਗਾ ਠੀਕ ਹੈ ਹੌਲੀ ਹੌਲੀ ਪੈਦਾ ਹੋਣ ਵਾਲੇ ਵਪਾਰਿਕ ਖਤਰਿਆਂ ਦੀਆਂ ਕਿਹੜਾ ਸ਼ਾਮਲ ਹੈ ਐਕਸਟ੍ਰੀਮ ਮਸ਼ੀਨ ਕਰਮਚਾਰੀ ਦੇ ਵਿਕਰਨ ਦੇ ਪ੍ਰਭਾਵ ਦੇ ਵਿੱਚ ਕਾਰਜ ਕਰਦੇ ਹੋਏ ਕਹਿੰਦਾ ਕੈਂਸਰ ਰੋਗ ਨਾਲ ਗ੍ਰਸਤ ਹੋ ਜਾਣਾ ਉਸ ਤੋਂ ਪੀੜਿਤ ਹੋ ਜਾਣਾ ਠੀਕ ਹੈ नेक्स्ट भी सेम ही आ गया सोता जिम्मे व्यवसायिक है ठीक है भाई व्यवसायिक स्वास्थ्य की हैगा व्यवसायिक स्वास्थ्य की है निवारण चिकित्सा ओके जी ये तो कोई ट्रिक नहीं बुन एद करनी पैन ठीक है एक गाहरे भी बहुत इंपोर्टेंट ने ठीक है आई एल ओ तो की भाव हैगा तो ओ एस एच तो की भाव है आई एल ओ का पूरा नाम जिस एच का पूरा नाम आई एल ओ का पूरा नाम क्या ना, इंडियन ധി സംഗന ഭാരത്തിനാഷ വിധി സംഗനരാഷ്ട്ര സംഗന സാളനേഷ ലേർ ഓർഗനൈജെ ക്യൂ ഇനൽ ലേബർ ഓർഗനൈജന മത അന്ത്രരാഷ്ട്രഗാര സംഗന ക്ലാ അന്ത്രരാഷ്ട്ര ഇഷനൽഗാര ഓർഗനൈജ് മത സംഗന ਠੀਕ ਹੈ 3 ਚ 4 ਨੈਕਸਟ ਕੁਐਸਚਨ ਭੀਮਾ OSH ਤੋਂ ਕੀ ਭਾਵ ਹੈ ਕਹਿੰਦਾ ਓਕਿਉਪੇਸ਼ਨਲ ਸੇਫਟੀ ਐਂਡ ਹੈਲਥ ਹੈ ਕਿ ਓਕਿਉਪੇਸ਼ਨਲ ਸੌਸ ਐਂਡ ਹੈਲਥ ਹੈ ਕਿ ਆਪਟੀਮਲ ਸੇਫਟੀ ਐਂਡ ਹੈਲਥ ਹੈ ਕਿ ਓਕਿਉਪੇਸ਼ਨਲ ਸਟਾਫ ਐਂਡ ਹਾਈਜਾਇਨ ਹੈ ਤਾਂ ਇਦਾਂ ਰਾਈਟ ਆਪਸ਼ਨ ਕਿਹਦੇ ਕੋਲ ਹੈ اے ਰਾਈਟ ਆਪਸ਼ਨ ਹੋ ਰੂਗੀ ਜੀ ਓਕਿਉਪੇਸ਼ਨਲ ਸੇਫਟੀ ਐਂਡ ਹੈਲਥ ਹੈ ਕਿ OSH ਦਾ ਪੂਰਾ ਨਾਮ 21ਵਾਂ ਕੁਐਸਚਨ ਜੈਵਿਕ ਸੰਕਰਮਿਤ ਦੇ ਮੁੱਖ ਕਾਰਨ ਕੀ ਨੇ ਕਿ ਜੀਵਾਣੂ ਨੇ ਬਿਸ਼ਾਣੂ ਨੇ ਕਿ ਸੰਕਰਮਕ ਅਵੇਸ਼ ਨੇ ਕਿ ਇਹ ਸਾਰੇ ਨੇ ਤਾਂ ਇਹਦਾ ਡਾਇਰੈਕਟ ਆਪਸ਼ਨ ਕਿਹਜੇ ਸਾਰੇ ਕੋਲ ਡੀ ਰਾਈਟ ਆਪਸ਼ਨ ਹੋਊਗਾ ਇਹ ਸਾਰੇ ਕੀ ਹੋਣਗੇ ਜੈਵਿਕ ਸੰਕਰਮਿਤ ਦੇ ਮੁੱਖ ਕਾਰਨ ਹੋਣਗੇ ਜੀ ਸਾਰੇ ਓਕੇ ਨੈਕਸਟ ਕੁਐਸਚਨ 22 ਮਾ ਵਾਸਾਇਕ ਖਤਰੇ ਪੈਦਾ ਕਰਨ ਵਾਲੇ ਹਨ ਪਰ ਇਹ ਆਣ ਵੀ ਕਾਰਕ ਸਰੀਰ ਦੇ ਅੰਦਰ ਪ੍ਰਵੇਸ਼ ਪਾ ਸਕਦੇ ਨੇ ਕਿਵੇਂ ਪਾ ਸਕਦੇ ਨੇ ਜਿਹੜੇ ਵਪਾਰਿਕ ਖਤਰੇ ਪੈਦਾ ਕਰਦੇ ਨੇਗੇ ਪ੍ਰਵਾਨ ਵੀ ਕਾਰਕ ਹੁੰਦੇ ਨੇ ਠੀਕ ਹੈ ਸਰੀਰ ਦੇ ਵਿੱਚ ਅੰਦਰ ਕਹਿੰਦਾ ਕਿਵੇਂ ਪ੍ਰਵੇਸ਼ ਪਾ ਸਕਦੇ ਨੇਗੇ ਸਾਹ ਦੁਆਰਾ ਕਿ ਅਬਸ਼ੋਸ਼ਣ ਦੁਆਰਾ ਕਿ ਅੰਤਗ੍ਰਹਿਣ ਦੁਆਰਾ ਕਿ ਕਹਿੰਦਾ ਇਹ ਸਾਰੇ ਤਾਂ ਕਿਹੜੇ ਰਾਈ ਪਾਉਣਗੇ ਭਈ ਰਾਈਟ ਆਪਸ਼ਨ ਕਿਉਂ ਜਦਾ ਡੀ ਹੋਊਗਾ ਸਾਹ ਦੁਆਰਾ ਵੀ ਪਾ ਸਕਣਗੇ ਜਿਦਾਂ ਅਸੀਂ ਅਬਸ਼ੋਸ਼ਣ ਕਰਦੇ ਕਿਸੇ ਚੀਜ਼ ਦਾ ਉਹਦੇ ਰਾਹੀਂ ਵੀ ਪਾ ਸਕਦੇ ਨੇ ਠੀਕ ਹੈ ਅੰਤਗ੍ਰਹਿਣ ਦੁਆਰਾ ਵੀ ਪਾ ਸਕਦੇ ਨੇ ਠੀਕ ਹੈ ਓਕੇ ਜੀ ਇਹ ਗੱਲ ਯਾਦ ਰੱਖੋ ਬਈ ਤੇੀਵਾਂ ਕੋਚ ਨੈਕਸਟ ਇਨ ਵਿੱਚ ਤੁਹਾਨੂੰ ਕਿਹੜੇ ਵਪਾਰੀ ਕਿ ਦੁਰਘਟਨ ਦੇ ਕਾਰਨ ਹਨ ਅਗਿਆਨਤਾ ਤੰਦੀ ਲਾਲਸਾ ਗਲਤ ਵਿਧੀ ਤਾਂ ਕਿ ਉਹ ਰਾਈਟ ਆਪਸ਼ਨ ਸਾਰੇ ਆ ਰੂਗਾ ਠੀਕ ਹੈ ਜੇਸੀਂ ਅਗਿਆਨਤਾ ਨਾਲ ਕੰਮ ਕਰਾਂਗੇ ਤਾਂ ਓਕੇ ਜੇ ਦੁਰਘਟਨ ਦਾ ਕਾਰਨ ਹੋਊਗਾ ਵਪਾਰੀ ਦਾ ਜੇਸੀਂ ਤੰਦੀ ਲਾਲਸਾ ਕਰਾਂਗੇ ਨਾ ਤਾਂ ਵੀ ਕੋਈ ਵਪਾਰੀ ਦਾ ਦੁਰਘਟਨ ਦਾ ਕਾਰਨ ਹੋਊਗਾ ਜੇਸੀਂ ਗਲਤ ਵਿਧੀ ਦਾ ਪ੍ਰਯੋਗ ਕਰਾਂਗੇ ਤਾਂ ਵੀ ਕੋਈ ਦੁਰਘਟਨ ਦਾ ਕਾਰਨ ਹੋਊਗਾ ਤਾਂ ਇਹ ਚੁੱਕਿਆ ਹੋਗਾ ਰਾਈਟ ਸਾਰੇ ਆ ਜਾਣਗੇ ਠੀਕ ਹੈ ਭਾਈ ਡੀ ਆਪਸ਼ਨ ਨੈਕਸਟ 24 ਕਹਿੰਦਾ ਜਿਆਦਾ ਆਤਮ ਵਿਸ਼ਵਾਸ ਹੋਣ ਤੇ ਕਹਿੰਦਾ ਕਰਮਚਾਰੀ ਕਨ ਜਿਆਦਾ ਕੰਮ ਕਰਦੇ ਨੇ ਨਹੀਂ ਜਿਆਦਾ ਕਰਮਚਾਰੀ ਕੰਮ ਨਹੀਂ ਕਰਦੇ ਜਿਆਦਾ ਕਰਮਚਾਰੀ ਘੱਟ ਕੰਮ ਕਰਦੇ ਹਨ ਇਹ ਵੀ ਨਹੀਂ ਸਹੀ ਹੈਗਾ ਕਰਮਚਾਰੀ ਗਲਤ ਕਰ ਬੈਠਦੇ ਹਨ ਕਿ ਕਾਰਜ ਤੇਜ਼ੀ ਦੇ ਨਾਲ ਕਰਦੇ ਨੇ ਜਿਆਦਾ ਕਹਿੰਦਾ ਆਤਮ ਵਿਸ਼ਵਾਸ ਹੋਣ ਤੇ ਸੈਲਫ ਓਵਰ ਕੌਨਫੀਡੈਂਸ ਹੋਣ ਤੇ ਠੀਕ ਹੈ ਓਵਰ ਕੌਨਫੀਡੈਂਸ ਹੋਣ ਤੇ ਕੀ ਹੁੰਦਾਗਾ ਵਿਅਕਤੀ ਜਿਹੜਾ ਕਰਮਚਾਰੀ ਗਲਤ ਕਰ ਬੈਠਦੇ ਨੇ ਠੀਕ ਹੈ ਉਹਨੂੰ ਆਪਣੇ ਆਪ ਤੇ ਕਿੰਨਾ ওভার ਕੰਫੀਡੈਂਸ ਹੁੰਦਾ ਇਹ ਵੀ ਕਰ ਲੂੰਗੀ ਇਹ ਵੀ ਕਰ ਲੂੰ ਠੀਕ ਹੈ ਪਰ ਕੀ ਹੁੰਦਾ ਜਦੋਂ ਕੰਮ ਕਰਦਾ ਹੈ ਕੋਲ ਐਂਡ ਤੇ ਕੀ ਹੁੰਦਾ ਕਿ ਗਲਤ ਕਰ ਬੈਠਦਾ ਠੀਕ ਹੈ ਕੋਈ ਗਲਤੀ ਕਰ ਬੈਠਦਾ ਜਾ ਕਰਮਚਾਰੀ ਗਲਤ ਕਰ ਬੈਠਦੇ ਹਨ ਠੀਕ ਹੈ ਬਈ ਨੈਕਸਟ ਕੋਟਰ 25ਵਾਂ ਕਹਿੰਦਾ ਕਾਰਜ ਸਥਲ ਤੇ ਕਹਿੰਦਾ ਸਫਾਈ ਹੋਣ ਨਾਲ ਜਿੱਥੇ ਕਾਰਜ ਹੋ ਰਿਹਾ ਹੈਗਾ ਕਾਰਜ ਸਥਾਨ ਤੇ ਸਫਾਈ ਹੋਣ ਨਾਲ ਕਹਿੰਦਾ ਕੀ ਹੁੰਦਾ ਹੈਗਾ ਦੁਰਘਟਨਾ ਤੋਂ ਬਚਾ ਹੁੰਦਾ ਹੈ ਕਿ ਬਿਮਾਰੀਆਂ ਤੋਂ ਬਚਾਉਂਦਾ ਕਿ ਦੋਨੋਂ A ਤੇ B ਤਾਂ ਇਹਦਾ ਰਾਈਟ ਆਪਸ਼ਨ ਕੀ ਹੋ ਜੂਗਾ A ਤੇ B ਹੋ ਜੂਗਾ C ਆਪਸ਼ਨ ਰਾਈਟ ਹੋਊਗਾ ਦੁਰਘਟਨਾ ਤੋਂ ਵੀ ਬਚਾਉਗਾ ਜਦੋਂ ਸਫਾਈ ਹੋਊਗੀ ਨਾ ਬਿਮਾਰੀਆਂ ਤੋਂ ਵੀ ਕਿਉਂਗਾ ਬਚਾਉਂਗਾ ਓਕੇ 26 ਮਗਰ ਪੁਸ਼ਾਕ ਦੇ ਕਿਹਦਾ ਸਹੀ ਨਾ ਹੋਣ ਤੇ ਪੁਸ਼ਾਕ ਦਾ ਮਤਲਬ ਜਿਹੜੀ ਆਪਣੀ ਡਰੈਸ ਹੁੰਦੀ ਹੈ ਠੀਕ ਹੈ ਉਹਦੇ ਸਹੀ ਨਾ ਹੋਣ ਤੇ ਕੀ ਹੋਊਗਾ ਕਾਰਜ ਦਾ ਠੀਕ ਨਹੀਂ ਹੋਣਾ ਹਾਂ ਠੀਕ ਹੈ ਦੁਰਘਟਨਾ ਹੋ ਸਕਦੀ ਹੈ ਹੋ ਸਕਦੀ ਹੈ A ਤੇ B ਹੋਊਗਾ ਤਾਂ ਵੀ ਰਾਈਟ ਆਪਸ਼ਨ ਹੋਊਗਾ ਜਿੰਨਾ ਸਾਡੀ ਪੋਸ਼ਾਕ ਹੈ ਜੇ ਡਰੈਸ ਸਹੀ ਨਾ ਹੋਵੇ ਖੁੱਲੀ ਹੋਵੇ ਜਾਂ ਪੀੜੀ ਹੋਵੇ ਉਹ ਕਿਉਂਕਿ ਕਾਰਜ ਦਾ ਠੀਕ ਨਾ ਹੋਣਾ ਵੀ ਹੋਊਗਾ ਠੀਕ ਹੈ ਉਹਦਾ ਕਾਰਨ ਦੁਰਘਟਨਾ ਵੀ ਹੋ ਸਕਦੀ ਹੈ ਓਕੇ ਜੀ ਸਤਾਈਵਾਂ ਕੁਐਸਚਨ ਦੁਰਘਟਨਾ ਕੀ ਹੈ ਕਿਹਦਾ ਨੂੰਟ ਵਾਲਿਆ ਨਹੀਂ ਜਾ ਸਕਦਾ ਉਹਨਾਂ ਲੋਕਾਂ ਦੇ ਨਾਲ ਹੁੰਦੀ ਹੈ ਜੋ ਉਸ ਦੇ ਕਹਿੰਦਾ ਪਾਤਰ ਹੁੰਦੇ ਨੇ ਮੂٹے ਤੌਰ ਤੇ ਰੋਕੀ ਜਾ ਸਕਦੀ ਹੈ ਕਿ ਪੂਨਰੂਪਨਰ ਅਪਰਸੇਤ ਹੁੰਦੀ ਹੈ ਤਾਂ ਇਹਦਾ ਰਾਈਟ ਆਪਸ਼ਨ ਕਿਉਂ ਸਾਡੇ ਕੋਲੇ ਬੀ ਹੋ ਜਾਊਗਾ ਭਾਈ ਦੁਰਘਟਨਾ ਜਿਹੜੀ ਉਹਨਾਂ ਲੋਕਾਂ ਦੇ ਨਾਲ ਹੁੰਦੀ ਹੈ ਜੋ ਕਹਿੰਦਾ ਉਸ ਦੇ ਕਹਿੰਦਾ ਪਾਤਰ ਹੁੰਦੇ ਨੇਗੇ ਪਾਤਰ ਦਾ ਮਤਲਬ ਨੂੰ ਨੀ ਮੈਨੂੰ ਯਾਰ ਕੁਝ ਸਮਝ ਆਇਆ ਵੀ ਇਹ ਤਾਂ ਮਤਲਬ ਕੀ ਬਣੂਗਾ ਪਾਤਰ ਦਾ ਠੀਕ ਹੈ ਵੀ ਪਾਤਰ ਨੂੰ ਨਹੀਂ ਤਿਆਰ ਕੀਤਾ ਸਮਝ ਨਹੀਂ ਆਈ ਕੋਈ ਗਲਤੀ ਪਾਤਰ ਕਿਉਂ ਲਿਖਿਆ ਪਰ ਇਹਦਾ ਰਾਈਟ অপਸ਼ਨ ਵੀ ਇਹ ਹੀ ਹੈ ਠੀਕ ਹੈ ਦੁਰਘਟਨਾ ਨੂੰ ਟਾਲਿਆ ਨਹੀਂ ਜਾ ਸਕਦਾ ਟਾਲਿਆ ਜਾ ਸਕਦਾ ਹੈ ਠੀਕ ਹੈ ਨਨ ਹਾਂ ਸਹੀ ਹੈ ਦੁਰਘਟਨਾ ਨੂੰ ਕਹਿੰਦਾ ਟਾਲਿਆ ਦੁਰਘਟਨਾ ਨੂੰ ਟਾਲਿਆ ਨਹੀਂ ਜਾ ਸਕਦਾ ਠੀਕ ਹੈ ਜਦੋਂ ਕਿਤੇ ਦੁਰਘਟਨਾ ਹੁੰਦੀ ਹੈ ਕਹਿੰਦਾ ਉਹਨੂੰ ਟਾਲਿਆ ਨਹੀਂ ਜਾ ਸਕਦਾ ਠੀਕ ਹੈ मोटे तौर पर क्या रोकी जा सके पर क्या मोटे तौर पर यह रोकी जा सके ठीक है दुर्घटना होंगी जी ओके पूर्ण रूप न की होंगी प्रति आशत होंगी है ठीक है उन्होंने क्या जो उसके क्या पात्र होंगे ठीक है पात्र का नहीं समझ आया कोई भी कि मतलब निकलूंगा पात्र दुर्घटना के कहना पात्र होंगे वो लोग क्या जब तो यह होगा भी दुर्घटना तो नहीं डरते हैं ना ਇਹ ਹੈ ਜੋ ਕੁਝ ਨਿਕਲੂਗਾ ਮਤਲਬ ਉਸ ਤੋਂ ਯਾਰ ਯਾਦ ਰੱਖ ਲਿਓ ਜੇ ਕਿਸੇ ਨੂੰ ਪਤਾ ਹੈ ਨਾ ਕਮੈਂਟ ਕਰਕੇ ਦੱਸ ਦਿਓ ਬਈ ਕਮੈਂਟ ਦੇ ਵਿੱਚ ਨਾ ਇਹ ਪਾਤਰ ਦਾ ਕੀ ਮਤਲਬ ਹੋ ਨਿਕਲੂਗਾ ਤਾਂ ਆਪਾਂ ਤੁਹਾਨੂੰ ਗਲਤ ਸੀ ਦੱਸੋ ਜੇ ਆਪਾਂ ਗਲਤ ਸੀ ਨਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਜੀ ਠੀਕ ਹੈ ਚਲੋ ਨੈਕਸਟ ਨੈਕਸਟ ਕੀ ਹੈ ਟਾਈਮ ਕਹਿੰਦਾ ਕਾਰਜ ਸਥਲ ਤੇ ਜਿੱਥੇ ਕਾਰਜ ਹੋ ਰਿਹਾ ਹੈਗਾ ਦੁਰਘਟਨਾ ਬਿਮਾਰੀ ਤੇ ਮੌਤ ਤੇ ਹਾਨੀ ਪੂਰਤੀ ਦਾ ਖਰਚ ਕਹਿੰਦਾ ਕਿਸ ਦੇ ਉੱਪਰ ਪੈਂਦਾ ਹੈਗਾ ਰਜਗਾਰ ਦੇਣ ਵਾਲੇ ਤੇ ਪੈਂਦਾ ਹੈ ਕਿ ਕਰਮਚਾਰੀ ਤੇ ਪੈਂਦਾ ਹੈ ਕਿ ਸਮੁਦਾਇ ਤੇ ਪੈਂਦਾ ਹੈ ਕਿ ਉਪਰੋਕਤ ਸਾਰਿਆਂ ਤੇ ਪੈਂਦਾ ਹੈਗਾ ਤਾਂ ਕੀ ਤੇ ਪੈਂਦਾ ਬਈ ਜਦੋਂ ਦੁਰਘਟਨਾ ਹੁੰਦੀ ਹੈਗੀ ਕਾਰਜ ਅਸਫਲ ਤੇ ਦੁਰਘਟਨਾ ਹੁੰਦੀ ਹੈ ਜਾਂ ਬਿਮਾਰੀ ਜਾਂ ਮੌਤ ਦੀ ਹਾਨੀ ਪੂਰਤੀ ਕਰਨ ਦੇ ਕਹਿੰਦਾ ਕਿਸ ਦੇ ਖਰਚ ਖਰਚ ਹੈ ਜਿਹੜਾ ਕਿਸੇ ਦੇ ਉੱਪਰ ਪੈਂਦਾ ਖਰਚਾ ਪੈਂਦਾ ਜੀ ਸਮੁਦਾਇ ਦੇ ਉੱਪਰ ਕਾ ਰੋਜਗਾਰ ਦੇਣ ਵਾਲੀ ਤੇ ਨਹੀਂ ਪੈਂਦਾ ਨਾ ਕਰਮਚਾਰੀ ਤੇ ਪੈਂਦਾ ਜਿਹੜੀ ਉਹਨੂੰ ਸਮੁੰਦਾਇ ਹੈ ਜਿਹੜੀ ਉਹਨੂੰ ਚਲਾ ਰਹੀ ਹੈ ਠੀਕ ਹੈ ਆਰਗੇਨਾਈਜੇਸ਼ਨ ਜਿਹੜੀ ਉਹਨੂੰ ਚਲਾਉਂਦੀ ਹੈ ਉਹਤੇ ਪੈਂਦਾ ਹੈ ਕਾ ਖਰਚ ਠੀਕ ਹੈ ਇਹ ਯਾਦ ਰੱਖਿਓ ਤੁਸੀਂ ਗੱਲ ਆਰਗੇਨਾਈਜੇਸ਼ਨ ਤੇ ਪੈਂਦਾ ਹੈ ਓਕੇ ਉਹ ਨਾਰਮਲੀ ਆਪਾਂ ਕੁਛ ਮਰਜ਼ੀ ਕਰੀ ਚਲੀਏ ਪਰ ਜਿਹੜਾ ਰੂਲ ਦੇ ਮੁਤਾਬਕ ਹੈ ਜਿਹੜਾ ਕੁਐਸਚਨ ਆਨਸਰਾਂ ਦੇ ਮੁਤਾਬਕ ਉਹ ਕੀ ਆਊਗਾ ਸਮੁੰਦਾਇ ਜਾਊਗਾ ਠੀਕ ਹੈ 29ਵਾਂ ਕੁਐਸਚਨ ਕਹਿੰਦਾ ਕਾਰਜ ਸਥਾਨ ਵਿੱਚ ਕਾਰਜ ਸਥਾਨ ਤੇ ਵਿੱਚ ਲੋਕਾਂ ਦੀ ਕਹਿੰਦਾ ਸੰਪਤੀ ਸੁਰੱਖਿਆ ਦੇ ਪ੍ਰਬੰਧਨ ਵਿੱਚ ਕੀ ਕੀ ਜ਼ਰੂਰੀ ਹੁੰਦਾ ਹੈ ਸਾਰੇ ਸਮਾਨ ਨੂੰ ਤਾਲੇ ਵਿੱਚ ਰੱਖਣਾ ਸਮਾਨ ਦੀ ਚੋਰੀ ਤੇ ਹਾਨੀ ਤੋਂ ਬਚਾ ਕਰਨਾ ਕਿ ਸਮਾਨ ਦੀ ਸੁਰੱਖਿਆ ਦੇ ਲਈ ਸਤ ਤਰਕਤ ਕਰਨੀ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਲੋਕਾਂ ਦੀ ਜਿਹੜੀ ਸੰਪਤੀ ਸੁਰੱਖਿਆ ਦੇ ਪ੍ਰਬੰਧਨ ਵਿੱਚ ਕੀ ਕੀ ਜ਼ਰੂਰੀ ਹੁੰਦਾ ਹੈ ਕਿ ਸਾਰੇ ਸਮਾਨ ਨੂੰ ਤਾਲਾ ਰੱਖਣਾ ਕਿ ਸਮਾਨ ਦੀ ਚੋਰੀ ਤੇ ਹਾਨੀ ਨੂੰ ਹਾਨੀ ਤੋਂ ਬਚਾ ਕਰਨਾ ਤਾਂ ਇਹਦੇ ਵਿੱਚ ਰਾਈਟ ਆਪਸ਼ਨ QZ ਕੋਲ AB ਰਾਈਟ ਆਪਸ਼ਨ ਹੈ ਜੀ BB ਰਾਈਟ ਆਪਸ਼ਨ ਹੈ D ਕੀ ਹੋਊਗਾ ਜੀ ਰਾਈਟ ਆਪਸ਼ਨ ਹੋਊਗਾ ਸਾਰੇ ਸਮਾਨ ਨੂੰ ਤਾਲੇ ਦੇ ਵਿੱਚ ਰੱਖਣਾ ਵੀ ਹੈ ਸਮਾਨ ਦੀ ਚੋਰੀ ਤੇ ਹਾਨੀ ਤੋਂ ਬਚਾ ਕਰਨਾ ਸਮਾਨ ਦੀ ਸੁਰੱਖਿਆ ਦੇ ਲਈ ਸਤ ਕਰਤਾ ਨਹੀਂ ਹੋਣਾ ਠੀਕ ਹੈ ਜੀ ਨੈਕਸਟ ਜੀ ਟੀਮਾ ਸਾਡੇ ਕੋਲ ਵਿਵਸਾਇਕ ਖਤਰੇ ਕਹਿੰਦਾ ਪੈਦਾ ਹੋ ਸਕਦੇ ਨੇ ਗਰਸੈਣਿਕ ਸੰਕਟ ਦੇ ਕਾਰਨ ਵੀ ਹੋ ਸਕਦੇ ਨੇ ਕਿ ਭੌਤਿਕ ਸੰਕਟ ਦੇ ਕਾਰਨ ਵੀ ਹੋ ਸਕਦੇ ਨੇ ਜੈਵਿਕ ਤੇ ਮਨੋਵਿਗਿਆਨਿਕ ਸੰਕਟ ਦੇ ਕਾਰਨ ਵੀ ਹੋ ਸਕਦੇ ਨੇ ਜਿਹੜੇ ਵਿਵਸਾਇਕ ਖਤਰੇ ਨੇ ਠੀਕ ਹੈ ਜੀ ਯਾਦ ਰੱਖਿਓ ਇਹ ਗੱਲ ਤਿੰਨੇ ਚੀਜ਼ਾਂ ਦੇ ਨਾਲ ਹੋ ਸਕਦੇ ਨੇਗੇ ਉਪਰੋਕਤ ਸਾਰੇ ਇਹਦਾ ਰਾਈਟ ਆਪਸ਼ਨ ਹੈਗਾ 31ਵਾਂ ਵਿਵਸਾਇਕ ਘਾਤਰੇ ਦੇ ਕਿਹਨਾਂ ਹੇਠਾਂ ਲਿਖਨ ਦੀ ਜੀ ਹੁੰਦੀਆਂ ਨੇ ਕਾਰਜ ਦੀ ਸਵਾਸਥ ਪਰਿਸਥਿਤੀ ਬਿਮਾਰੀ ਦਾ ਜੋਖਮ ਕਾਰਖਾਨੇ ਵਿੱਚ ਦੁਰਘਟਨਾ ਦਾ ਜੋਖਮ ਕਿ ਉਪਰੋਕਤ ਸਾਰੇ ਤਾਂ ਉਪਰੋਕਤ ਸਾਰੇ ਆ ਜੂਗਾ ਜੀ ਦਾ ਕਾਰਜ ਦੀ ਸਵਾਸਥੀ ਜਿਹੜੀ ਪਰਿਸਥਿਤੀ ਉਹ ਵੀ ਵਿਗੜ ਸਕਦੀ ਹੈ ਬਿਮਾਰੀ ਦਾ ਸਾਨੂੰ ਜੋਖਮ ਵੀ ਹੋ ਸਕਦਾ ਹੈਗਾ ਦੁਰਘਟਨਾਵਾਂ ਦੇ ਵਿੱਚ ਕਾਰਖਾਨੇ ਦੇ ਵਿੱਚ ਦੁਰਘਟਨਾ ਦਾ ਜੋਖਮ ਵੀ ਬਣ ਸਕਦਾ ਹੈ ਵਪਾਰਕ ਖਤਰੇ ਦਾ ਕਾਰ ਠੀਕ ਹੈ ਬਈ ਨੰਬਰ 314 ਚਲੋ ਨੈਕਸਟ ਕੁਐਸਚਨ ਦੇ 32ਵਾਂ ਜੈਵਿਕ ਸੰਕਟ ਦੇ ਕਹਿੰਦਾ ਮੁੱਖ ਕਾਰਨ ਕੀ ਨੇਗੇ ਸਾਨੂੰ ਪਹਿਲਾਂ ਦੱਸਿਆ ਜੈਵਿਕ ਸੰਕਟ ਦੇ ਮੁੱਖ ਕਾਰਨ ਕੀ ਨੇ ਜਵਾਣੂ ਵੀ ਨੇ ਵਿਸ਼ਾਣੂ ਵੀ ਨੇ ਤੇ ਸੰਕਰਮਣ ਅਵਿਸ਼ ਵੀ ਨੇਗੇ ਉਪਰੋਕਤ ਸਾਰੇ ਦਾ ਰਾਈਟ ਆਪਸ਼ਨ ਹੋਵੇਗਾ 33ਵਾਂ ਕਹਿੰਦਾ ਪਿੱਠ ਦੇ ਜਲਣ ਹੋਣ ਤੇ ਕਹਿੰਦਾ ਜਾਗ ਸਥਿਤੀ ਵਿੱਚ ਕਹਿੰਦਾ ਜਾਕਮ ਨੂੰ ਹੌਸ਼ ਵਿੱਚ ਲਿਆਉਣ ਤੇ ਲੇ ਕਹਿੰਦਾ ਕਿਹੜੀ ਬਨੋਟੀ ਬੀ ਦੀ ਉਪਜੋਕਤ ਹੈ ਤਾਂ ਕਿਹੜੀ ਆਜੂ ਹੈ ਸਾਡੇ ਕੋਲੇ ਪਿੱਠ ਦੇ ਪਿੱਠ ਦੇ ਜਾਖਮ ਜਲਣ ਹੋਣ ਤੇ ਪਿੱਠ ਦੇ ਜਾਖਮ ਹੋ ਗਿਆ ਤਾਂ ਅਸੀਂ ਉਹਨੂੰ ਕਿ ਲਟਾਵਾਂਗੇ ਉਲਟਾ ਲਟਾਵਾਂਗੇ ਨਾ ਉਲਟਾ ਕੀ ਕਰ ਤੈਨਾਂ ਕਰਾ ਨੂੰ ਕੀ ਕਰਾਂ ਸੀ ਪਲਟਾ ਦਿੰਨੇ ਨਾ ਮਿੰਟ ਚ ਤਾਂ ਕਿ ਆਜੂ ਸਾਡੇ ਕੋਲੇ ਸੇਫਰ ਵਿਧੀ ਆ ਜਾਊਗਾ ਭਾਈ ਠੀਕ ਹੈ ਸੇਫਰ ਵਿਧੀ ਆ ਜਾਊਗਾ ਇਹਦੇ ਵਿੱਚ ਰਾਈਟ ਆਨਸਰ 34ਵਾਂ ਕਵੈਸਚਨ ਕਹਿੰਦਾ ਜਖਮੀ ਵਿਅਕਤੀ ਦਾ ਮੂੰਹ ਨਹੀਂ ਖੁੱਲ ਰਿਹਾ ਹੋਵੇ ਤਾਂ ਜਖਮੀ ਦੀ ਸਥਿਤੀ ਵਿੱਚ ਹੌਸ਼ ਲਿਆਉਣ ਦੇ ਵਿੱਚ ਕਹਿੰਦਾ ਕਿਹੜੀ ਬਰੌਟੀ ਸਾਹ ਪ੍ਰਣਾਲੀ ਕਹਿੰਦੇ ਕਿਹੜੀ ਬਰੌਟੀ ਸਾਹ ਉਪਯੋਗਕਤ ਹੁੰਦੀ ਹੈ ਕਿ ਨੈਲਸਨ ਬਰੌਟੀ ਸਾਹ ਵੀ ਦੀ ਕਿ ਸੈਫਰ ਦੀ ਬਰੌਟੀ ਸਾਹ ਵੀ ਦੀ ਕਹਿੰਦਾ ਕਿ ਮੂੰਹ ਤੋਂ ਮੂੰਹ ਬਰੌਟੀ ਸਾਹ ਵੀ ਦੀ ਕਿ ਮੂੰਹ ਤੋਂ ਨੱਕ ਵੀ ਦੀ ਜਦੋਂ ਕਹਿੰਦਾ ਜਖਮੀ ਵਿਅਕਤੀ ਦਾ ਮੂੰਹ ਨਹੀਂ ਖੁੱਲ ਰਿਹਾ ਜਦੋਂ ਜਖਮੀ ਦਾ ਵਿਅਕਤੀ ਦਾ ਮੂੰਹ ਨਹੀਂ ਖੁੱਲ ਰਿਹਾ ਤਾਂ ਕਿਹੜੀ ਵਿਧੀ ਰਹਾ ਦੇਵਾਂਗੇ ਅਸੀਂ ਮੂੰਹ ਤੋਂ ਨੱਕ ਵੀ ਦੀ ਤਰਾਹੀ ਬਰੌਟੀ ਸਾਹ ਦਿੱਤਾ ਜਾਂਦਾ ਹੈ ਠੀਕ ਹੈ ਜੀ ਜੇ ਉਹਦਾ ਮੂੰਹ ਨਹੀਂ ਖੁੱਲ ਰਿਹਾ ਤਾਂ ਬਰੌਟੀ ਸਾਹ ਕਿਵੇਂ ਦੇਵਾਂਗੇ ਮੂੰਹ ਤੋਂ ਨੱਕ ਵੀ ਦੇ ਰਹੀਂ ਛਿੰਗਾ ਬਈ ਇਹ ਬਟ ਹਾਂ ਯਾਰ ਇੱਕ ਨਾ ਤੁਸੀਂ ਆਪਸ਼ਨ ਹਾਂ ਇਹਦੇ ਵਿੱਚ ਇੱਕ ਗਲਤ ਹੈ ਵੇਹਾ ਇਹ ਵੀ ਨਹੀਂ ਆਉਂਦਾ ਇਹ ਸੈਫਰ ਵੀ ਨਹੀਂ ਆਉਂਦਾ ਇਹਦੇ ਵਿੱਚ ਕੀ ਹੋਊਗਾ ਹੈਲੋਗਨ ਨੈਲਸਨ ਵਿਧੀ ਹੋਊਗਾ ਭਾਈ ਠੀਕ ਹੈ ਹੈਲੋਗਨ ਨੈਲਸਨ ਵਿਧੀ ਹੋਊਗਾ ਠੀਕ ਹੈ ਸੋ ਨੂੰ ਮੈਂ ਪਹਿਲਾਂ ਦੱਸ ਦੇਣਾ ਜਦੋਂ ਨੈਲਸਨ ਵਿਧੀ ਹੋਵੇ ਤਾਂ ਉੱਥੇ ਨੈਲਸਨ ਵਿਧੀ ਹੀ ਪ੍ਰਯੋਗ ਕਰਾਂਗੇ ਇਹਦੇ ਵਿੱਚ ਕੀ ਹੈ ਇੱਕ ਹੈਲੋਗਨ ਨੈਲਸਨ ਵਿਧੀ ਹੁੰਦੀ ਹੈ ਕਿ ਉਹ ਕੀ ਹੁੰਦੀ ਹੈ ਕਿ ਇਹ ਤੋਂ ਵੀ ਬੈਸਟ ਇੰਡੀਆ ਦੀ ਕਿ ਨੈਲਸਨ ਵਿਧੀ ਤੋਂ ਵੀ ਬੈਸਟ ਹੁੰਦੀ ਹੈ ਹੈਲੋਗਨ ਨੈਲਸਨ ਵਿਧੀ ਠੀਕ ਹੈ ਜੇ ਨੈਲਸਨ ਵਿਧੀ ਨਾ ਹੁੰਦਾ ਤਾਂ ਅਸੀਂ ਸੈਪਰ ਵਿਧੀ ਤੇ ਟਿਕ ਕਰਦੇ ਓਕੇ ਭਾਈ ਇਹ ਧਿਆਨ ਰੱਖਿਓ ਠੀਕ ਹੈ ਥੋੜਾ ਜੇ ਨੈਲਸਨ ਵਿਧੀ ਹੋਵੇ ਤਾਂ ਨੈਲਸਨ ਵਿਧੀ ਤੇ ਜੇ ਹੈਲੋਗਨ ਨੈਲਸਨ ਵਿਧੀ ਹੋਤਾ ਇਹ ਸਾਰਿਆਂ ਠੀਕ ਹੈ ਜੇ ਨਾ ਹੀ ਦੋਨੇ অপਸ਼ਨ ਹੁਣ ਤਾਂ ਸੈਫਰ ਵਿਧੀ ਤੇ ਟਿਕ ਕਰ ਦਿਓ ਜੇ ਪਿੱਠ ਤੇ ਜਲਣ ਜਾਂ ਜ਼ਖਮ ਹੋਣ ਦੀ ਸਥਿਤੀ ਦੇ ਵਿੱਚ ਠੀਕ ਹੈ ਜੀ ਸਿਲਵੇਸਟਰ ਕਿਤੇ ਕਰਨੀ ਜੇ ਛਾਤੀ ਤੇ ਛਾਲੇ ਪੈ ਗਏ ਹੋਣ ਜਾਂ ਜ਼ਖਮ ਹੋ ਗਏ ਹੋਣ ਠੀਕ ਹੈ ਜੀ ਸਿਲਵੇਸਟਰ ਤੇ ਵਿਜੀ ਦਿੱਤੀ ਹੋਏ ਨੈਣਚਨ ਤੇ ਹਲਗਣਾ ਨਾ ਹੋਵੇ ਠੀਕ ਹੈ ਓਕੇ ਚਲੋ ਨੈਕਸਟ 30 ਮਾ ਕੁਚਨ ਲਾਸਟ ਕੁਚਨ ਠੀਕ ਹੈ ਹੇਟ ਲਿਗੇ ਵਿੱਚੋਂ ਕਿਹੜਾ ਜ਼ਰੂਰੀ ਸ਼ਬਦ ਉਪਯੋਗ ਨਹੀਂ ਹੋਇਆ ਹੈ ਪੈਰ ਸੁਰੱਖਿਆ ਦਾ ਉਪਯੋਗ ਕਰੋ ਪੈਰਾਂ ਦੀ ਸੁਰੱਖਿਆ ਦਾ ਉਪਯੋਗ ਕਰੋ ਪੈਦਲ ਪਾਰ ਸਾਂ ਸੁਰੱਖਿਆ ਦਾ ਪਹਿਨੋ ਕਿ ਹੱਤ ਤੋਂ ਠੀਕ ਹੈ ਹੁਣ ਅਸੀਂ ਕਹਿੰਦੇ ਨੇ ਵੀ ਸਾਡੇ ਪੈਰ ਜਿਹੜੇ ਪੈਰਾਂ ਦੀ ਸੁਰੱਖਿਆ ਨਾ ਦੇ ਲਈ ਕਹਿੰਦਾ ਉਪਯੋਗ ਕਰੋ ਪੈਰ ਦੀ ਕੀ ਕਰੋ ਸੁਰੱਖਿਆ ਕਰੋ ਨਾ ਸੁਰੱਖਿਆ ਦਾ ਉਪਯੋਗ ਕਰੋ ਜਾਂ ਪੈਰਾਂ ਦੇ ਲਈ ਕੋਈ ਸੁਰੱਖਿਆ ਦੀ ਚੀਜ਼ ਦਾ ਉਪਯੋਗ ਕਰੋ ਅਸੀਂ ਕਹਿੰਦੇ ਨੇ ਨਾ ਜੇ ਬੂਟ ਪਾਓ ਹਨਾ ਚਪਲ ਪਾਓ ਪੈਰਾਂ ਦੀ ਸੁਰੱਖਿਆ ਦਾ ਹਨਾ ਕਰੋ ਸਾਂਸ ਸੁਰੱਖਿਆ ਪੈਨੋ ਹਨ ਸਾਂਸ ਰੱਖਿਆ ਮਾਸਕ ਲਾਉ ਜਾਂ ਕੁਛ ਵੀ ਹੈ ਨਾ ਸਾਂਹ ਦੀ ਵੀ ਸੁਰੱਖਿਆ ਕਰੋ ਸਾਂਸ ਰੱਖਿਆ ਪੈਨੋ ਹਨ ਕਿਸੇ ਵੀ ਚੀਜ਼ ਤੇ ਇਹ ਵੀ ਸ਼ਬਦ ਉਪਯੋਗ ਹੋਈ ਹੋਏ ਹਨ ਹਨਾ ਹੱਥ ਤੋਂ ਉਪਯੋਗ ਹੋਈ ਹੋਇਆ ਪਰ ਜਿਹੜਾ ਪੈਦਲ ਪਾਰ ਹੈ ਇਹ ਕੋਈ ਸ਼ਬਦ ਹੈ ਜਿਹੜਾ ਉਪਯੋਗ ਨਹੀਂ ਹੋਇਆ ਜਿਹੜਾ ਪੈਦਲ ਪਾਰ ਹੈ ਇਹ ਕੋਈ ਸ਼ਬਦ ਹੈ ਜਿਹੜਾ ਉਪਯੋਗ ਨਹੀਂ ਹੋਇਆ ਹਨਾ ਪੈਦਲ ਪਾਰ ਵਾਲਾ ਸ਼ਬਦ ਜਿਹੜਾ ਕੋਈ ਕਿਤੇ ਇਹ ਉਪਯੋਗ ਨਹੀਂ ਹੋਇਆ ਪੈਰਾ ਪੈਰ ਸੁਰੱਖੇ ਦਾ ਉਪਯੋਗ ਕਰਨ ਇਹ ਵੀ ਉਪਯੋਗ ਹੋਇਆ ਹੈ ਹਨਾ ਸਾਂਸ ਸੁਰੱਖਿਆ ਇਹ ਵੀ ਆਪਾਂ ਸੁਣਦੇ ਹਾਂ ਉਪਯੋਗ ਹੋਏ ਹੋਏ ਸ਼ਬਦ ਹੱਥ ਤੋਂ ਪਤਾ ਹੋਈ ਹੋਇਆ ਠੀਕ ਹੈ ਪਰ ਜਿਹੜਾ ਪੈਦਲ ਪਾਰ ਹੈ ਇਹ ਉਪਯੋਗ ਨਹੀਂ ਹੋਇਆ ਠੀਕ ਹੈ ਇਹ ਰਾਈਟ ਆਪਸ਼ਨ ਬਈ ਦਾ ਵੀ ਬੀ ਹੈਗਾ ਠੀਕ ਹੈ ਫਰਵਰੀ ਦੇ ਵਿੱਚ ਬੈਰਮੈਨ ਦੇ ਵਿੱਚ 2015 ਦੇ ਵਿੱਚ 2014 ਦੇ ਵਿੱਚ ਪੁੱਛੇਗੇ ਕੁਐਸਚਨ ਇਹ ਠੀਕ ਹੈ ਆਈਟੀ ਦੇ ਵਿੱਚ ਇਹ ਰਿਪੀਟ ਹੁੰਦੇ ਨੇਗੇ ਕੁਐਸਚਨ ਓਕੇ ਤੇ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਤੇ ਕੱਲ ਨੂੰ ਨੈਕਸਟ ਫਿਰ ਲੈ ਕੇ ਆਵਾਂਗੇ ਕਲਾਸ ਕਮਾਂਟ ਨਾ ਸਰਦੀ ਆਪਣੀ ਠੀਕ ਹੈ ਭਾਈ ਜਿਹੜੇ ਨੇ ਬੱਚੇ ਨੇ ਵਧੀਆ ਲੱਗਦੀ ਕਲਾਸ ਲਾਈਕ ਸ਼ੇਅਰ ਕਰਦੇ ਵੱਧ ਤੋਂ ਵੱਧ ਅਤੇ ਜਿਹਨੇ ਬੱਚੇ ਨੇ ਕੋਰਸ ਲੈਣਾ ਹੈ ਨਾ ਆਈਟੀ ਇਲੈਕਟ੍ਰੀਸ਼ੀਅਨ ਵਾਇਰਮੈਨ ਦੇ ਲੈਂਡਮੈਨ ਵਾਲੇ ਨੇ ਜੋ ਚੰਡੀਗੜ੍ਹ ਵਾਸਤੇ ਕੋਈ ਵੀ ਆਨਲਾਈਨ ਮੈਨ ਦੀ ਜਿਹੜੀ ਵੈਕੈਂਸੀ ਆਈ ਆਪਣੇ ਸਿਸਟਮ ਦੇ ਵਿੱਚ ਜਿਆ ਪ੍ਰੈਨਟਸ਼ਿਪ ਵਾਸਤੇ ਕਲਾਸ दे 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 भी दे भी ले ਸਕਦੇ ਵੀ ਆਪਣੇ ਨੰਬਰ ਦੇ ਜਿਹੜੇ ਸਕੋਰ ਕਰ ਸਕਦੇ ਠੀਕ ਹੈ ਨਾ ਕਿਉਂਕਿ ਜੇ ਤੁਸੀਂ 10000 ਕੁਐਸਚਨ ਦੇ 라ઉండ్ ਕਰਦੇ ਹੋ ਹਨ ਦੇਖਦੇ ਤੁਸੀਂ 10000 ਦੇ ਵਿੱਚੋਂ ਲਾ ਲੂਸੀਂ ਜੇ ਤੁਹਾਡੇ 40 ਜਾਂ 50 ਕੁਐਸਚਨ ਵੀ ਇਹਦੇ ਵਿੱਚੋਂ ਆਉਂਦੇ ਨੇਗੇ ਤਾਂ ਤੁਹਾਨੂੰ ਉਹਦੇ ਲਈ ਤੁਹਾਡੇ ਲਈ ਹੋ ਬਹੁਤ ਵੈਸਟ ਹੈ ਠੀਕ ਹੈ ਇੱਕ ਵਾਰੀ ਜਦੋਂ ਕੁਐਸਚਨ ਆਪਣੇ ਅੱਖਾਂ ਦੇ ਸਾਹਮਣੇ ਹਨ ਪੜਿਆ ਹੁੰਦਾ ਦੇਖਿਆ ਹੁੰਦਾ ਤਾਂ ਉੱਥੇ ਟਿਕ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ ਠੀਕ ਹੈ